ਇਸਾ ਦੇ ਬਾਰੇ ਸੁਚੇਂਦੀ ਪਈ। ਕਿਆ ਸੀਲਾ ਮਿਲਦਾ ਵੀ ਇਹ ਸਾਰੀ ਖਿਦਮਤ ਆਉਂਦਾ ਹੈ? ਪਾਲ ਪੋਸ ਕੇ ਇਤਨਾ ਵੱਡਾ ਘਰ ਖੜਾ ਹੈ ਔਰ ਸ਼ਬਖੂਨ ਵੀ ਮੇਰੇ ਘਰ ਚ। ਮੈਂ ਕੁਝ ਸਮਝਿਆ ਨਹੀਂ ਮਾਮਾ। ਮੈਂ ਇਹ ਤਾਂ ਨਹੀਂ ਜਾਣਦੀ ਕਿ ਤੇਰੇ ਕਮਰੇ ਦੇ ਵਿੱਚ ਰੋਜ਼ਾਨਾ ਕਿਤਨੀ ਵਿਜ਼ਿਟ ਆਉਂਦੀ, ਲੇਕਿਨ ਇਤਨਾ ਜ਼ਰੂਰ ਜਾਣ ਕਿ ਅੱਜ ਤੋਂ ਬਾਅਦ ਤੇਰੇ ਕਮਰੇ ਦੇ ਵਿੱਚ ਉਹਦਾ ਕਦੇ ਕੋਈ ਵਿਜ਼ਿਟ ਨਹੀਂ ਆਉਂਦਾ। ਮਾਮਾ ਇਹ ਤੁਸੀਂ ਕੀ ਆਦੇ ਪਏ ਵੇ? ਇਹ ਜੀ ਕੋਈ ਗੱਲ ਕੋਈ ਨਹੀਂ, ਉਹ ਤਾਂ ਬਸ ਇਵੇਂ ਇੱਕ ਬਈ ਗੱਲ ਆਖਰੀ ਮੇਰੇ ਬਾਬਰ ਉਹ ਖਾਬ ਕਹਿਣੀ ਜਿਹਨੂੰ ਨਫੀਸਾ ਜੀ ਜ਼ਹਿਨੀ ਮਰੀਜ਼ ਲੜਕੀਆਂ ਰੋਜ਼ ਦੇਖ। ਬਾਬਰ ਮੇਰਾ ਪੁੱਤਰ ਅਜ਼ਰਾ ਬੇਗਮ ਦਾ ਪੁੱਤਰ ਜੋ ਇੱਕ ਹਕੀਕਤ ਹੈ ਚਿੱਟੇ ਨਹੀਂ ਦਿੱਤਾ। ਮਾਮਾ ਤਾਂ ਕੋਈ ਗਲਤ ਫਹਿਮੀ ਥੀ ਗਈ ਹੈ, ਨਫੀਸਾ ਨਾਲ ਮੇਰੇ ਕੋ ਸਿਰਫ ਹਮਦਰਦੀ ਹੈ, ਇਹ ਕਿਤੇ ਵੀ ਕਿਉਂ ਮੇਰੀ ਮੋਈ ਬੋ ਦਿੱਤੀ ਹੈ। No justification. Listen. ਇਹ ਸਾਰਾ ਕਾਰੋਬਾਰ, ਇਹ ਹੈਸੀਅਤ, ਇਹ ਮਕਾਮ, ਇਹਦੇ ਨਾਲ ਅੰਥਕ ਮਿਹਨਤ ਤੇ ਕੋਸ਼ਿਸ਼ਾਂ ਵਾਸਤੇ ਨਹੀਂ ਕੀਤੀਆਂ ਗਈਆਂ ਕਿ ਤੇਰੇ ਜਿਹਾ ਖੈਰ ਜ਼ਿੰਮੇਦਾਰ ਨਾ ਜਵਾਨ ਇੱਕ ਜ਼ਹਿਨੀ ਮਰੀਜ਼ ਲੜਕੀ ਦੇ ਇਸ਼ਕ ਚ ਉਹਨੂੰ ਬਰਬਾਦ ਕਰ ਦੇ। ਬੇਟਾ ਇਹ ਬਿਜ਼ਨਸ ਹੈ ਬਿਜ਼ਨਸ, ਜਿਹਦੇ ਅੰਦਰ ਨਾ ਦਿਲ ਦੀ ਗੁੰਜਾਇਸ਼ ਹੈ ਪਰ ਨਾ ਹੀ ਜਜ਼ਬਾਤ ਦੀ। ਬਿਜ਼ਨਸ ਦਾ ਇਹ ਮਹਿਲ ਇਹਨਾਂ ਦੋਹਾਂ ਦੀ ਕਬਰਾਂ 'ਤੇ ਤਾਮੀਰ ਹੁੰਦੀ। ਮੇਰੀ ਗੱਲ ਤਾਂ ਸੁਣ ਲੈਨੋ। ਨੋ ਨੈਵਰ। ਦੇਖਣ ਤੋਂ ਬਾਅਦ ਸੁਣਨ ਦੀ ਔਰ ਸੁਣਨ ਤੋਂ ਬਾਅਦ ਪੁੱਛਣ ਦੀ ਜ਼ਰੂਰਤ ਕਹਿ ਨਹੀਂ ਹੁੰਦੀ। ਔਰ ਮੇਰੇ ਕੋਲ ਉਮੀਦ ਹੈ ਕਿ ਤੂੰ ਮੇਰੇ ਕੋਲ ਬਾਈ ਕਈ ਗੱਲ ਨਾ ਪੁੱਛੀ। Mind it. ਉਹ ਮੇਰੀ ਗੱਲ ਤਾਂ ਸੁਣ ਗਏ ਨਾ। ਉਹ ਕਈ ਮਜ਼ਲੂਮ ਦਾ ਜੁਰਮ ਤਾਂ ਪੁੱਛ ਕੀਤਾ ਕਰੋ ਕਿ ਨਹੀਂ ਮਾਮਾ ਇਵੇਂ ਨਹੀਂ। ਜਨਾਬ ਦੇ ਗੁਲਾਮ ਆ, ਤੁਸੀਂ ਪਰੇਸ਼ਾਨ ਨਾ ਆਇਆ ਕਰੋ। ਦਿਲ ਤੇ ਮੇਰਾ ਦੁਖਦਾ, ਕਿਸੇ ਦਾ ਕੀ ਜਾਂਦਾ? ਭੁਗਤਣੀਆਂ ਤੇ ਮੈਨੂੰ ਪੈਂਦੀਆਂ ਨੇ, ਅੱਲਾ ਨਾ ਕਰੇ ਕਿ ਤੁਹਾਨੂੰ ਕੁਝ ਹੋ ਗਿਆ ਤੇ ਰਿਆਨਾ ਬੀਬੀ ਦਾ ਕੀ ਜਾਂਦਾ? ਉਹ ਤੇ ਯਾਸ਼ੀਆਂ ਚ ਮਰ ਤੇ ਮੈਂ ਹੀ ਜਾਣਾ ਨਾ। ਕੀ ਕਰਾਂ ਸਮੀਨਾ ਬੇਗਮ, ਬਹੁਤ ਦੁੱਖ ਥਿੰਦੇ। ਜਿਵੇਂ ਮੈਂ ਆਖਦਾ ਹੁੰਦਾ ਨਾ ਕਿ ਵੱਡੇ ਤੋਂ ਵੱਡਾ ਸੂਰਮਾ ਬੈਰ ਦੇ ਦੁਸ਼ਮਣ ਨਾਲ ਤੇ ਲੜ ਸਕਦੇ ਪਰ ਆਪਣੇ ਖਾਰੇ ਚ ਕੋਈ ਨਾ। ਪਰ ਇਹ ਬਦਕਿਸਮਤ ਔਰਤ ਹੈ, ਇਹੋ ਜਿਹੇ ਹੀਰੇ ਬੰਦੇ ਦੀ ਕਦਰ ਨਹੀਂ ਕੀਤੀ। ਯਾਦ ਰੱਖਣਾ ਉਹਨੂੰ
ਦਾ ਇੰਜਾਮ ਬਹੁਤ ਬੁਰਾ ਹੋਵੇਗਾ। ਤਰਪ ਤਰਪ ਕੇ ਮਰੇਗੀ। ਉਹਦੇ ਮਰਨ ਦਾ ਮੇਰੇ ਕੋ ਕਿਆ ਫਾਇਦਾ? ਮੇਰਾ ਜੀਵਨ ਤੇ ਅਜ਼ਾਬ ਠੀ ਗਏ ਨਾ। ਜੀਣਾ ਅਜ਼ਾਬ ਹੋਵੇ ਤੁਹਾਡੇ ਦੁਸ਼ਮਣਾਂ ਦਾ, ਤੁਹਾਡਾ ਕਿਉਂ? ਮੇਰੀ ਗੱਲ ਸੁਣ, ਮੇਰੇ ਕੋਲ ਆ ਕੇ ਸਾਰੇ ਦੁੱਖ ਸਾਰੀਆਂ ਪਰੇਸ਼ਾਨੀਆਂ ਭੁੱਲ ਜਾਇਆ ਕਰੋ। ਹੁਣ ਤੁਸੀਂ ਇਕੱਲੇ ਨਹੀਂ, ਤੁਹਾਡੀ ਜ਼ਿੰਦਗੀ 'ਚ ਤੁਹਾਡੀ ਗੁਲਾਮੀ ਸ਼ਾਮਿਲ ਹੈ। ਮੈਂ ਹਰ ਸ਼ਾਇਦ ਭੁੱਲ ਸਕਦਾ, ਮਗਰ ਸਮੀਨਾ ਬੇਗਮ, ਇਹ ਭੁੱਲ ਵਜਣਾ ਮੇਰੇ ਵਾਸਤੇ ਮੁਮਕਿਨ ਨਹੀਂ ਕਿ ਮਾਮੂਰ ਖਾਨ ਦੇ ਇਤਬਾਰ ਕੋ ਕੁਝ ਧੋਖਾ ਦੇਵੇ। ਇਹ ਕਿਵੇਂ ਥੀ ਸਕਦੇ? ਇਹ ਤਾਂ ਥੀ ਨਹੀਂ ਸਕਦਾ। ਛੱਡੋ ਮਾਮੂਰ ਖਾਨ, ਆਪਣੀ ਗੱਲ ਕਰੀਏ। ਕਾਸ਼ ਮੈਂ ਕੋਈ ਪਤਾ ਲੱਗ ਸਕਦਾ ਕੌਣ ਬਦਬਖਤ ਮੇਰੇ ਘਰ ਕੋ ਨਕਬ ਲੈਂਦਾ ਪਿਆ। ਛੱਡੋ ਸਾਈਂ, ਔਰਤ ਆਪ ਨਾ ਚਾਹੇ ਤੇ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਮਸਲਾ ਤੇ ਹੋਰ ਕੋਈ ਨਹੀਂ, ਲੱਖਾਂ ਔਰਤਾਂ ਤੁਹਾਡੀ ਇੱਕ ਮੁਸਕਰਾਹਟ ਤੋਂ ਕੁਰਬਾਨ। ਗੱਲ ਪਰੇਸ਼ਾਨੀ ਦੀ ਇੱਕੋ ਹੀ ਹੈ, ਘਰ 'ਚ ਦੋ ਜਵਾਨ ਧੀਆਂ ਬੈਠੀਆਂ ਨੇ, ਉਹਨਾਂ ਦੇ ਰਿਸ਼ਤੇ ਵੀ ਕਰਨੇ ਨੇ। ਅਗਰ ਮਾਂ ਦਾ ਇਹੋ ਹਾਲ ਵਿਆ ਤੇ ਕੌਣ ਕਰੇਗਾ ਰਿਸ਼ਤਾ? ਕੌਣ ਸੰਭਾਲੇਗਾ ਕਰੋੜਾਂ ਅਰਬਾਂ ਦੀ ਜਾਇਦਾਦ? ਇੰਨੀ ਕਾਬਲੀਅਤ ਹੈ ਕਿਸੇ 'ਚ? ਜਾਂ ਹਰੂਨ ਖਾਨ ਜੇ ਕੁੱਤੇ ਬਿੱਲੇ ਟੋਟੇ ਪੁਰਜ਼ੇ ਕਰ ਦੇਣਗੇ? ਸਾਡੀਆਂ ਸਿਆਣੀਆਂ ਤੇ ਹਨ, ਹਲੇ ਬਾਲ ਨੇ, ਹਲੇ ਉਮਰ ਹੀ ਕੀ ਹੈ ਉਹਨਾਂ ਵਿਚਾਰਿਆਂ ਦੀ? ਸਿਆਣੀਆਂ ਹੋ ਵੀ ਜਾਣ ਤੇ ਸ਼ੋਹਰਾਂ ਦੇ ਸਾਹਮਣੇ ਕਦੋਂ ਚੱਲਦੀ ਹੈ? ਜਿਵੇਂ ਲੁੱਟਣ, ਜਿਵੇਂ ਬਰਬਾਦ ਕਰ, ਉਹਨਾਂ ਦੀ ਮਰਜ਼ੀ। ਮੈਂ ਹੀ ਗੱਲ ਕੁਛ ਸਮਝਦਾ, ਕੈਸ਼ ਕੁਹੀ ਵਾਸਤੇ ਜੇ ਬਿਜ਼ਨਸ ਪਾਤੇ, ਸ਼ਾਦੀ ਦੇ ਕਿੱਥੇ ਰਹਿ ਗਈ? ਨੌਸ਼ੀਨ ਸਿਮਰੀਨ ਉਹਦੀ ਸ਼ਕਲ ਦੇਖਣ ਦੇ ਰਵਾਦਾਰ ਕਿਆ ਨਹੀਂ? ਖੈਰ, ਇਸ ਗੱਲ ਤੋਂ ਤਾਂ ਸੱਚੀਆਂ ਰਹਿਣਾ ਵਿਚਾਰੀਆਂ, ਕੈਸ਼ੀ 'ਚ ਹੈ ਕੀ? ਨਾ ਮੂੰਹ ਨਾ ਮੱਥਾ ਤੇ ਜਿੰਨ ਪਾਰੋ ਲੱਥਾ, ਨਾ ਆਉਣ ਦਾ ਪਤਾ ਨਾ ਜਾਣ ਦਾ। ਗੱਲ ਜਿਹੜੀ ਠੀਕ ਹੈ, ਇਤਨੀ ਸਮਝਦਾਰ ਅਕਲਮੰਦ ਤੇ ਜੀਨੀਅਸ ਲੜਕੀ ਨਾਲ ਸ਼ਾਦੀ ਮਾਮੂਰ ਖਾਨ ਨੇ ਇਵੇਂ ਤਾਂ ਨਹੀਂ ਕੀਤੀ। ਆਖਰ ਕੁਛ ਸੋਚਿਆ ਸਮਝਿਆ ਤਾਂ ਉਸੇ। ਅੱਛਾ, ਮੈਨੂੰ ਪਤਾ ਹੈ, ਥੋੜ੍ਹੇ ਜਿਹੇ ਸੈਲਫਿਸ਼ ਤੇ ਹੋ, ਹਮੇਸ਼ਾ ਆਪਣੇ ਬਾਰੇ ਹੀ ਸੋਚਦੇ ਹੋ। ਲੇਕਿਨ ਹੁਣ ਮੈਂ ਤੇਰੇ ਬਾਰੇ ਸੋਚੇ, ਖਾਸ ਤੌਰ 'ਤੇ ਹਰੂਨ ਅਕਬਰ ਖਾਨ ਦੀ ਤਰਫੋਂ ਕੀਤੀ ਗਈ ਕਮੀਨਗੀ ਤੋਂ ਬਾਅਦ ਮੈਨੂੰ ਲੱਗੇ ਇੱਕ ਸ਼ੇਰ ਨੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਸਾਈਂ, ਇਹ ਮੇਰਾ ਫਰਜ਼ ਹੈ, ਤੁਸੀਂ ਮੇਰੇ ਸਿਰ ਦੇ ਸਾਈਂ ਹੋ, ਮੇਰਾ ਸੁਹਾਗ ਹੋ। ਸਮੀਨਾ, ਮੈਂ ਇੱਕ ਬਈ ਜ਼ਿੰਮੇਵਾਰੀ ਤੇਰੇ ਸਿਰ 'ਤੇ ਪੈਂਦਾ ਪਿਆ। ਮੈਨੂੰ ਯਕੀਨ ਹੈ ਤੇਰੇ ਤੋਂ ਬਿਹਤਰ ਕੋਈ ਕੁੰਨੀ ਨਿਭਾ ਸਕਦਾ। ਮੈਂ ਅੱਜ ਤੂੰ ਆਪਣੇ ਅੱਧੇ ਤੋਂ ਜ਼ਿਆਦਾ ਬਿਜ਼ਨਸ ਦਾ ਮੁਖਤਾਰ ਦੇਖੂ ਬਣਦਾ ਪਿਆ। ਨਹੀਂ ਜਾਨ, ਇਹ ਕੰਮ ਮੈਂ ਹਰਗਿਜ਼ ਨਹੀਂ ਕਰ ਸਕਦੀ। ਯਾਰ, ਮੇਰੀ ਪੂਰੀ ਗੱਲ ਤਾਂ ਸੁਣ ਕੇ। ਨਾ, ਇਹ ਗੱਲ ਮੈਂ ਨਹੀਂ ਸੁਣੀ, ਮੈਂ ਤੁਹਾਡੀ ਬੀਵੀ ਹਾਂ। ਅੱਲਾ ਤੁਹਾਨੂੰ ਜ਼ਿੰਦਗੀ ਦੇਵੇ, ਇਹ ਕੰਮ ਤੁਹਾਡਾ ਹੈ। ਠੀਕ ਹੈ, ਮੈਂ ਵਸੀਅਤ ਲਿਖਵਾ ਦੇਣਾ ਕਿ ਮੇਰੇ ਬਾਅਦ ਇਹ ਸਭ ਕੁਝ ਖਿਰਾਤੀ ਇਦਾਰੇ ਕੋਲ ਦੇ ਸਮਝੇ। ਤੁਸੀਂ ਤਾਂ ਖਾਮਖਾਂ ਨਾਰਾਜ਼ ਹੋ ਜਾਂਦੇ ਹੋ, ਮੈਂ ਸਭ ਕੁਝ ਕਰ ਸਕਦੀ ਹਾਂ। ਪਰ ਵੇਖੋ ਨਾ, ਇਹਦੇ ਬਾਅਦ ਤੁਹਾਡੀ ਬੇਗਮ, ਤੁਹਾਡੀ ਧੀਆਂ ਤੁਹਾਡਾ ਜੀਣਾ ਹਰਾਮ ਕਰ ਦੇਣਗੀਆਂ। ਮੈਂ ਕੋਈ ਨਹੀਂ ਪਰਵਾਹ, ਕੋਈ ਨਹੀਂ, ਮੈਂ ਆਪਣੇ ਮਸਾਇਲ ਆਪ ਹੱਲ ਕਰ ਸਕਦਾ। ਟੂਰਦੀਆਂ ਦੀ ਕਿਆ ਪਰੇਸ਼ਾਨੀ ਆਈ, ਲੱਖਾਂ ਦੇ ਘੱਟ ਆ ਗਏ, ਹੁਣ ਤਾਂ ਦੁਸ਼ਮਣੀ ਵੀ ਤੁਰ ਪਈ ਹੈ। ਕੱਲ੍ਹ ਕੋ ਕੁਝ ਵੀ ਥੀ ਸਕਦੇ, ਉਹ ਪਿੱਛੂ ਕੋਈ ਤਾਂ ਹੋਵੇ ਜਿਹੜਾ ਕੰਮ ਕੁ ਟੋਰੀ ਰੱਖੇ। ਧਿਆਨ ਰਵੇ, ਇਹ ਤੁਹਾਡਾ ਆਪਣਾ ਫੈਸਲਾ ਹੈ, ਮੈਂ ਤੁਹਾਨੂੰ ਕੁਝ ਨਹੀਂ ਕਿਹਾ। ਜੀ ਹਾਂ ਜਨਾਬ, ਮੈਂ ਲਿਖ ਕੇ ਦੇਣਾ, ਇਹ ਮੇਰਾ ਫੈਸਲਾ ਹੈ। ਠੀਕ ਹੈ, ਜੋ ਹੁਕਮ ਬਣ, ਪੂਰਾ ਤਾਂ ਕਰਨਾ ਹੀ ਪਵੇਗਾ। ਗੁਲਾਮ ਜੋ ਠਹਿਰੇ। ਜ਼ੀਰੋ ਯਾਨੀ ਕਿ ਸਿਫਰ। ਵਾਟ ਡੂ ਯੂ ਮੀਨ?
बस मूड नहीं बढ़िया। कामरान साहब दा या जनाब दा? मैं फोन करा ते वो रिस्पांस ना करे, इतनी जरूरत है कामरान साहब इच? ओ यार रहमान डे हर वेले दा यू रोमना है, आज कामरान ने फोन नहीं किता, आज कामरान ने लिफ्ट नहीं कराई जनाब, आज कामरान साहब ने मुड़ के नहीं डिठा वगैरह वगैरह। दीज आर ओल्ड थिंग्स माय डियर सिस्टर। हूँ नहीं जड़ी मैं क्लास की दी ना मिस ग्लैमरस दी। कामरान साहब दी जुरत नहीं थी कि कहीं गाल ची दखल अंदाजी करे ना। चलो अहमद फराज ने ही मेरे वास्ते ता आख्या हा, अगर ये बात है तो उसे फोन करके देखते हैं। एगलो समरीन तू बिल्कुल बोलना नहीं, ठीक है? ओके मैम। बिजी मेरा फोन अटेंड ना करने दिया, आखिर कोई वजह, कोई रीजन? रीजन? रीजन दसन वास्ते पूछने वाले दा रीजनेबल होना भी जरूरी होता है। वैसे भाई दा वे मैं कदे किनो रीजनेबल नहीं मिल रिया। कई स्टोरी है, आई मीन किसी तरीक दान को पूछना पमसी। यू मीन मैं शुरू दा गैर जिम्मेदार रही हां? यानी या मानरो गैर जिम्मेदार? शायद यकीनन क्यों नहीं आती माय डियर टीमी, जे आज कोई फैसला कर की दे तबल छुआ में देर क्यों? कुछ फैसले सुनावण तो पहले ही मुजरिम को पता होंदे। ओह माय गॉड, एक भी अलग मुजरिम, यकीनन मोहब्बत का मुजरिम हो सा। काश ए एजाज ते को मिल सकदा। आखिर में किता कहे, मिस बिहेव नौशीन ने किते तो को जवाब नहीं मिल सकी, ते सारा गुस्सा मेरे ऊपर कढ़िया वेंदा पे। ते तू अच्छी तरह जान दिए गुस्सा मैं कदे ही पेरेंट्स दा भी बर्दाश्त नहीं किया। मेरा ख्याल है ते को पेरेंट्स ते दोस्त दे फर्क दा तो जरूर पता हो सो, खास तौर ते जे वेले दोस्त मेरे जई एक लड़की होवे टीमी जे। मुसीबत ए है हर लड़की अपने आप को मिस वर्ल्ड समझती है, हसीना आलम सुरखाब दे पराले हसीना आलम समझदी नहीं होंदी है। हर लड़की दे विच कुछ ना कुछ खास ऐसा होता है जेड़ा ओकू हसीना आलम बनावण वास्ते काफी होंदा है। अच्छा इतनी खुशफहमी। मैं तो कदे ही गरूर नहीं किता के एक हसीना ने आलम दी फौज सारी मेरा तवाफ करेंदी रहंदी है। मेरी हिक मुस्कुराहट दी मुंतजर। अगर बेवकूफी ते गरूर करना मुनासिब है तो जरूर करना चाहिए। लग दे अंगूर कुछ खटे निकल पेन, वरना कल तक इंतहाई अकलमंद खूबसूरत पसंदीदा तरीन मोस्ट फेवरेट शख्सियत हम। ये तो हर भी होंदे असा खूबसूरत लड़कियां दे, जेड़ा साडे नाल सीधा असा उंदे नाल सीधे, जड़ा साडे नाल ड्रामा करन दी नाकाम कोशिश करे उको असा कामयाब ड्रामा करके दिखा देने। क्यों समझ आया? What do you mean? क्या तू भी मेरे को बेवकूफ पड़े नहीं रह गई होर तक? Sure, 100% sure. Oh shut up. Oh you shut up and don't dare to call me again.
Hello? Hello, my dear cousin. It's me, Nosheen. Go the hell. We will meet there. जहन्नुम में जवान उठा ही मिल को पसंद वो बादशाह जो उन्होंने ना पसंद वो को तो जीवन का कोई हक भी कह नहीं कैसी जिंदगी है जिल्लत बेतौकीरी
गैर यकीनी। मेरे को जीवन की कोई वजह भी कहनी, कोई मसरफ ही कहनी अपना जीवा कि खातिर की तरीके मर भी तो नहीं सकते। उन्हें कि मामा की परमिशन की जरूरत है। अदालत की उम्र कैद तो वाली मुक जाती है, लेकिन ये घर की कैद उनका तो आखिरी साल के बाद ही मुकने का कोई इम्कान को नहीं। बाबर अगर तुस अभी कुछ नहीं कर सकते तो बल फायदा क्या इन्ना गाली दे करण दा? क्या है जरूरी है कि अपनी बेबसी लाचारी ते बेअमली दा इश्तिहार लाया बने, दुश्मन को मौका दिता बने कि वह सारे मरण तड़पण ते सा निकलण दी अजियत को इंजॉय कर सके? हरगिज़ नहीं, नहीं, कम अज कम मैं तो यही तरह बर्दाश्त नहीं कर सकती। नफीसा, सिस्टम के खिलाफ बगावत करना आसान कोई नहीं होता। ये सब किताबी गालियां कि फलां ने इवें कर दिया तो फलां ने उवें कर दिया। हकीकत यो है जिहड़ी साडे सामने है। सो है अगर जीवना तो मरना साडे वास्ते नहीं रहे तो वल भी जिंदगी की कोई ना कोई शक्ल साडे वास्ते जरूर हो सी, भावें असां बेमसरफ ही सही, वल भी कोई ना कोई खेड कोई ना कोई राग सारे वास्ते भी जरूर हो सी। अस दोहां को रल के ई रांद ई मंजिल अपनी मंजिल को लभना पोसे ही सिस्टम में रह के। कौन टिमी? मैं कुछ बिजी हूं, बल गल कर। नफीसा, आई थिंक नाउ यू आर फीलिंग ऑल राइट।
एक बड़ी गल आखिर में बाबर वो ख्वाब कहनी नफीस अजी जहनी मरीज लड़कियां रोज देखे बाबर मेरा पुत्र है अजरा बेगम का पुत्र जो एक हकीकत है चिट्टे नहीं छड़ो साईं औरत आप ना चाहे तो उनका कोई कुछ नहीं बिगाड़ सकता मसला तो होर कोई नहीं लखा औरतां तुहाडी एक मुस्कुराहट तो कुर्बान गल परेशानी दी इक्को ही है घर च दो जवान तियां बैठियां ने मैं अज तू अपने अद्धे तो ज्यादा बिजनेस दा मुख्तार देखो बने लगे नहीं जन एक कम मैं हरगिज नहीं कर सकती मैं फोन करा ते वो रिस्पांस ना करे इतनी जुरत है कामरान साहब विच जे आज कोई फैसला कर गी दे तबल छुआ में देर क्यों कुछ फैसले सुनावण तो पहले ही मुजरिम को पता होंदे ओह माय गॉड एक बिया लकब मुजरिम यकीनन मोहब्बत दा मुजरिम हो सा काश ए एजाज ते को मिल सकदा हेलो हेलो माय डियर कजन इट्स मी नौशीन गो द हेल वी विल मीट देयर ओ आदे जहन्नुम में जवान उठा ही मिल कैसी जिंदगी है जिल्लत बेतौकीरी गैर यकीनी मेरे को तो जीवन की कोई वजह भी कह नहीं कोई मसरफ ही कह नहीं अपना जीवा किंदी खातिर अगर तुस अभी कुछ नहीं कर सकते तो बल फायदा के इन्ना गालीं दे करण दा क्या है जरूरी है कि अपनी बेबसी लाचारी ते बेअमली दा इश्तिहार लाया वने दुश्मन को मौका दिता मैंने कि वो सारे मरण तड़पण ते सा निकलण दी अजियत को एंजॉय कर सके असर लोहाओं को राल के ई रांद ई मंजिल अपनी मंजिल को लबड़ा पोसे ही सिस्टम में रह के कौन टिमी मैं कुछ बिजी हूँ बल गल कर कमाल है सर एडमिनिस्ट्रेशन तो तुहारे ते खत्म है कमाल फैसले करें दे बर वक्त शानदार कंपेटिटर्स का बिजनेस तो मलिया मेट थी तेरे वेंदे सारी प्लानिंग चौपट देख मिस्तानिया अगर खुशामद ही करवावने हो गया था मेरे को बेतहाशा एक्सपर्ट नहीं काम दे ये काम में सच्ची गाल है तेको ट्रेनिंग दी लोड़ है लड़ना रे तू आप उवा गाली ना करूं जींदे वास्ते इत्थे तेको नौकरी दी गई है सर यू नो बेटर लेकिन इतना मैं जरूर रखे सा ये सब कुछ खुशामद कहने वर्ड टू वर्ड मेरे दिल की आवाज है अदरवाइज जो तुम्हारा हुक्म मैं हाजिर हाँ अच्छा समझ गए थे कि मैं क्या आखिर चाहना गो के मैं लड़ना रहा लेकिन इतना जान गया तुसा क्या चाहनी है चलो वाला जवा कितने हैं तुसा मेरे कनो हारून अकबर खान की बर्बादी का नुस्खा चाहते हो ना हाल ही मैं अपने अल्फाज वापस कहने के साथ ते मैं इतने अजीम बास दे अगू लड़ना रही ठीक हाँ ते वल हारून अकबर खान दी बर्बादी दा आगाज मुबारक सॉरी कैस किधर बैठा है कोई जरूरी गाल है नो एक ऑफिस आदर टैप कर दे कि तानिया आज तो सारे दफ्तर काम करे से आज तो मेरी प्राइवेट सेक्रेटरी है ओके Thank you.
बॉस तुहाडी नाराजगी बिल्कुल बजा है, बिल्कुल दुरुस्त है। तुहाडी जगह ते अगर मैं होंदी तो मैं भी मामले को इवें समझदी जिवें तुसां समझे वे। मेरे ख्याल च बॉस तुहाको नाराज थीवण दी बजाय खुश थीवणा चाहिए। यकीनन बॉस। वाह क्या सीना जोरी है, क्या कॉन्फिडेंस है। ਇਹ ਸਭ ਕੁਝ ਦੇਖਣ ਦੇ ਬਾਅਦ ਹੀ ਮੈਨੂੰ ਆਪਣੇ ਇਤਮਾਦ ਦਾ ਮਾਤਮ ਕਰਨ ਦੀ ਬਜਾਏ ਖੁਸ਼ ਹੋਣਾ ਚਾਹੀਦਾ ਹੈ। ਵਾਹ ਵਾਹ ਮਿਸਤਾਨੀਆ, ਮੈਂ ਬੇਵਕੂਫ ਜ਼ਰੂਰ ਹਾਂ ਪਰ ਇਤਨਾ ਵੀ ਕੋਈ ਨਹੀਂ ਜਿੰਨਾ ਤੁਸੀਂ ਸਮਝੀ ਬੈਠੇ ਹੋ। ਬੌਸ ਮਸਲਾ ਸਿਰਫ ਇਹ ਕਹਿਣੀ ਕਿ ਕੌਣ ਸਮਝਦਾਰ ਹੈ ਅਤੇ ਕੌਣ ਬੇਵਕੂਫ, ਮਸਲਾ ਸਿਰਫ ਸਹੀ ਵਕਤ ਅਤੇ ਸਹੀ ਚੋਟ ਦਾ ਹੈ ਅਤੇ ਅੱਜ ਮੇਰੇ ਕੋਲ ਉਹ ਚੋਟ ਲਾਉਣ ਦਾ ਮੌਕਾ ਮਿਲ ਗਿਆ। ਤਾਨੀਆ ਤੇੜੇ ਜੀਆਂ ਲੜਕੀਆਂ ਕਈ ਨਾਲ ਵਫਾਦਾਰ ਵੀ ਹੁੰਦੇ। ਇੱਕ ਮੈਂ ਆਪਣੀ ਸ਼ੋਹਰਤ ਸਮਝਾਂ ਯਾਰ ਰਸਵਾਈ। ਮੇਰਾ ਖਿਆਲ ਹੈ ਇਤਨਾ ਮੁਸ਼ਕਿਲ ਸਵਾਲ ਹੀ ਕਹਿਣੀ ਕਿ ਜੇ ਕੋ ਮਿਸਤਾਨੀਆਂ ਨਾ ਸਮਝ ਸਕੇ। ਬੌਸ ਤੁਸਾਂ ਵੀ ਸਮਝਣ ਦੀ ਕੋਸ਼ਿਸ਼ ਕਰੋ, ਮੰਜ਼ਿਲ ਖੁਦ ਤੌਰ ਤੇ ਸਾਰੇ ਕੋਲ ਆਂਦੀ ਪਈ ਹੈ। ਤਾਨੀਆ ਮੈਂ ਕੀ ਸਮਝਾਂ ਕਿ ਤੇੜੀ ਮੰਜ਼ਿਲ ਕੀ ਹੈ ਤੇ ਮੇਰੀ ਮੰਜ਼ਿਲ ਕੀ ਹੈ। ਬੌਸ ਆਪਾਂ ਦੋਹਾਂ ਦੀ ਇੱਕਾ ਮੰਜ਼ਿਲ ਹੈ, ਤੁਹਾਡੀ ਜਾਇਦਾਦ ਦੀ ਸੂਦ ਸਮੇਤ ਤੱਕ ਵਾਪਸੀ। ਤੇ ਅੰਕਲ ਮਾਮੂਨ ਦੇ ਸਾਹਮਣੇ ਮੇਰਾ ਕੀ ਅੰਜਾਮ ਤਜਵੀਜ਼ ਕੀਤਾ ਗਿਆ। ਬੌਸ ਪਲੀਜ਼ ਤੁਸੀਂ ਓਵਰ ਸੈਂਸਿਟਿਵ ਥੇ ਬੈਠੇ ਹੋਏ, ਗੱਲ ਸਿਰਫ ਇਹ ਕਹਿਣੀ ਮਾਮੂਨ ਸਾਹਿਬ ਦੇ ਨਜ਼ਦੀਕ ਆਮ ਸੋਰੀ ਟੂ ਸੇ ਤੁਹਾਡੀ ਕੋਈ ਹੈਸੀਅਤ ਕਹਿਣੀ, ਉਹਨਾਂ ਦਾ ਸਿਰਫ ਇੱਕੋ ਟਾਰਗੇਟ ਹੈ ਜੀ, ਸਿਰਫ ਇੱਕੋ ਮਕਸਦ, ਹਾਰੂਨ ਅਕਬਰ ਖਾਨ ਦੀ ਬਰਬਾਦੀ ਅਤੇ ਇਹਦੇ ਵਾਸਤੇ ਉਹ ਮੇਰੇ ਕੋਲ ਯੂਜ਼ ਕਰਨ ਚਾਹੁੰਦੇ। ਅਤੇ ਤੇਰਾ ਫੈਸਲਾ ਕੀ ਹੈ? ਮੈਂ ਯੂਜ਼ ਥੀ ਸਾਂ, ਬਜ਼ਾਹਿਰ ਤਾਂ ਮੇਰਾ ਮਕਸਦ ਹਾਰੂਨ ਅਕਬਰ ਖਾਨ ਹੀ ਹੈ ਲੇਕਿਨ ਮੇਰਾ ਏਜੰਡਾ ਕਿਆ ਹੈ ਇਹ ਕੋਈ ਨਹੀਂ ਜਾਣਦਾ। ਠੀਕ ਹੈ।